ਸ਼ਿਕਾਲ ਪਿਆਰੇ ਬੱਚੋ ਬੱਚੋ ਸਵਾਗਤ ਹੈ ਚੈਨਲ ਵਿੱਚ ਅਤੇ ਅੱਜ ਆਪਾਂ ਪੜ੍ਹਾਂਗੇ ਪਾਠ ਬੱਸ ਕੰਡਕਟਰ ਜੋ ਕਿ ਕਹਾਣੀ ਹੈ ਡਾਕਟਰ ਦਲੀਪ ਕੌਰ ਟਿਵਾਣਾ ਜੀ ਲਿਖੀ ਹੋਈ ਅਤੇ ਤੁਹਾਡੀ ਜਮਾਤ 9ਵੀਂ ਦੀ ਬੰਦਗੀ ਦੀ ਕਹਾਣੀ ਹੈ ਆਓ ਸ਼ੁਰੂ ਕਰਦੇ ਹਾਂ ਬੱਸ ਕੰਡਕਟਰ ਡਾਕਟਰ ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਇੱਕ ਮਨੋਵਿਗਿਆਨਿਕ ਕਹਾਣੀ ਹੈ ਇਸ ਕਹਾਣੀ ਵਿੱਚ ਉਸਨੇ ਇੱਕ ਸੱਚੇ ਅਤੇ ਪਵਿੱਤਰ ਪਿਆਰ ਦਾ ਪ੍ਰਗਟਾਵਾ ਕੀਤਾ ਹੈ ਇਸ ਕਹਾਣੀ ਵਿੱਚ ਬੱਸ ਕੰਡਕਟਰ ਆਪਣੀ ਮਰੀ ਹੋਈ ਭੈਣ ਦੀ ਯਾਦ ਨੂੰ ਆਪਣੇ ਮਨ ਵਿੱਚ ਲੈ ਕੇ ਉਸਨੂੰ ਲੇਡੀ ਡਾਕਟਰ ਵਿੱਚੋਂ ਲੱਭਣ ਦਾ ਯਤਨ ਕਰਦਾ ਹੈ ਅਤੇ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਹੋ ਜਾਣ ਕਰਕੇ ਉਹ ਇਸ ਕੋਸ਼ਿਸ਼ ਵਿੱਚ ਸੀ ਕਿ ਕਿਸੇ ਵੀ ਤਰ੍ਹਾਂ ਉਸ ਦੀ ਇਹ ਬਦਲੀ ਰੁਕ ਜਾਵੇ ਪਾਲੀ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਕੋਲੋਂ ਇਜਾਜ਼ਤ ਲੈ ਕੇ ਹਰ ਰੋਜ਼ ਬੱਸ 'ਤੇ ਸਵੇਰੇ ਨਾਭੇ ਤੋਂ ਪਟਿਆਲੇ ਚਲੀ ਜਾਂਦੀ ਅਤੇ ਸ਼ਾਮ ਨੂੰ ਘਰ ਵਾਪਸ ਪਰਤਦੀ ਬੱਸਾਂ ਦੀ ਖੜਖੜ ਅਤੇ ਸ਼ੋਰ ਸ਼ਰਾਬੇ ਤੋਂ ਪਾਲੀ ਦਾ ਦਿਲ ਕਾਲਾ ਪੈਂਦਾ ਪਰ ਉਹ ਫਿਰ ਕੁਝ ਕੁ ਦਿਨਾਂ ਦੀ ਗੱਲ ਸੋਚ ਕੇ ਸਹਿਨ ਕਰ ਲੈਂਦੀ ਜਿਸ ਦਿਨ ਜੀਤ ਬੱਸ ਕੰਡਕਟਰ ਡਿਊਟੀ 'ਤੇ ਹੁੰਦਾ ਉਸ ਦਿਨ ਉਹ ਥੋੜ੍ਹੀ ਸੌਖੀ ਰਹਿੰਦੀ ਉਸਨੂੰ ਜੀਤ ਬੜਾ ਹੀ ਸਾਊ ਲੱਗਦਾ ਸੀ ਅਤੇ ਇੱਕ ਦਿਨ ਜਦੋਂ ਕਿਸੇ ਨੇ ਜੀਤ ਪਾਸੋਂ ਪਾਲੀ ਬਾਰੇ ਪੁੱਛਿਆ ਤਾਂ ਉਸਨੇ ਬੜੇ ਹੀ ਰੋਬ ਨਾਲ ਉਸਨੂੰ ਉੱਤਰ ਦਿੱਤਾ ਸੀ ਕਿ ਉਹ ਡਾਕਟਰ ਨਹੀਂ ਹੈ ਅਤੇ ਪੂਰੇ 300 ਰੁਪਏ ਕਮਾਉਂਦੀ ਹੈ ਪਰ ਜਦੋਂ ਕੋਈ ਘਟੀਆ ਜਿਹਾ ਆਦਮੀ ਪਾਲੀ ਬਾਰੇ ਕੋਈ ਟਿੱਚਰ ਜਿਹੀ ਕਰਦਾ ਤਾਂ ਉਸਨੂੰ ਝੱਟ ਦਬਕਾ ਮਾਰ ਦਿੰਦਾ ਜੀਤ ਕੰਡਕਟਰ ਪਾਲੀ ਦਾ ਬੱਸ ਵਿੱਚ ਬੈਠੀ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦਾ ਜੇਕਰ ਉਸ ਕੋਲ ਛੁੱਟੇ ਪੈਸੇ ਨਹੀਂ ਹੁੰਦੇ ਤਾਂ ਉਹ ਪਾਲੀ ਕੋਲੋਂ ਅਗਲੇ ਦਿਨ ਪੈਸੇ ਲੈਣ ਦਾ ਕਹਿ ਕੇ ਅਗਾਂਹ ਲੰਘ ਜਾਂਦਾ ਉਹ ਪਾਲੀ ਨੂੰ ਹਸਪਤਾਲ ਮੂਹਰੇ ਛੱਡਣ ਲਈ ਬੱਸ ਡਰਾਈਵਰ ਨੂੰ ਵੀ ਬੱਸ ਰੂਟ ਤੋਂ ਥੋੜ੍ਹੀ ਅਲੱਗ ਘੁਮਾਉਣ ਲਈ ਵੀ ਕਹਿ ਦਿੰਦਾ ਅਤੇ ਪਾਲੀ ਦੇ ਮਨ ਵਿੱਚ ਆਉਂਦਾ ਕਿ ਇਹ ਬੱਸ ਕੰਡਕਟਰ ਕਿੰਨਾ ਚੰਗਾ ਹੈ ਜੋ ਉਸਦਾ ਇੰਨਾ ਖਿਆਲ ਰੱਖਦਾ ਹੈ ਅਤੇ ਉਸੇ ਦਿਨ ਸ਼ਾਮ ਨੂੰ ਜਦੋਂ ਉਹ ਬੱਸ ਸਟੈਂਡ 'ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਅਤੇ ਅਗਲਾ ਬੱਸ ਵਿੱਚ ਜਾਣ ਲਈ ਉਸਨੂੰ 1.25 ਘੰਟਾ ਉਡੀਕ ਕਰਨੀ ਪਈ ਅਤੇ ਲੋਕ ਉਸ ਵੱਲ ਅੱਖਾਂ ਪਾੜ ਪਾੜ ਕੇ ਵੇਖ ਰਹੇ ਸਨ ਬੱਸ ਦਾ ਕੰਡਕਟਰ ਵੀ ਕਮੀਜ਼ ਦੇ ਬਟਨ ਖੁੱਲ੍ਹੀ ਅਵਾਰਾ ਫਿਲਮ ਦਾ ਗਾਣਾ ਗਾਉਂਦਾ ਹੋਇਆ ਉਸ ਮੂਹਰੋਂ 2-3 ਵਾਰੀ ਲੰਘਿਆ ਅਗਲੇ ਦਿਨ ਵੀ ਜਦੋਂ ਪਾਲੀ ਬੱਸ ਅੱਡੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਜੀਤ ਜਿਹੜਾ ਬਿਨਾਂ ਟਿਕਟੋਂ ਸਵਾਰੀਆਂ ਨੂੰ ਫੜ ਫੜ ਕੇ ਉਤਾਰ ਰਿਹਾ ਸੀ ਇੱਕ ਪਲ ਲਈ ਜੀਤ ਨੇ ਪਾਲੀ ਕੋਲ ਆ ਕੇ ਕਿਹਾ ਕਿ ਉਹ ਅਗਲੀ ਸੀਟ ਉੱਤੇ ਝੋਲਾ ਚੁੱਕ ਕੇ ਬੈਠ ਜਾਵੇ ਅਤੇ ਉਸਨੇ ਉਹ ਸੀਟ ਉਸਦੀ ਖਾਤਰ ਹੀ ਰੱਖੀ ਹੈ ਪਾਲੀ ਸੀਟ ਉੱਤੇ ਜਾ ਕੇ ਬੈਠ ਗਏ ਅਤੇ ਬੱਸ ਚੱਲ ਪਈ ਬੱਸ ਦੀ ਖੜਖੜ ਬੱਸ ਨਿਕਲ ਜਾਣ ਦਾ ਹਰਦਮ ਡਰ ਮੋਟੀਆਂ ਸਵਾਰੀਆਂ ਨਾਲ ਬੈਠਣ ਨਾਲ ਵਧੀਆ ਕੱਪੜਿਆਂ ਉੱਤੇ ਵੱਟ ਅਤੇ ਕਿਸੇ ਕੋਲੋਂ ਪਸੀਨੇ ਦੀ ਬਦਬੂ ਪਾਲੀ ਨੂੰ ਬਹੁਤ ਦੁਖੀ ਕਰਦੇ ਇੱਕ ਦਿਨ ਜਦੋਂ ਪਾਲੀ ਪੈਸੇ ਦੇਣ ਲੱਗੀ ਜੀਤ ਇਹ ਕਹਿ ਕੇ ਅੱਗੇ ਲੰਘ ਗਿਆ ਸੀ ਕਿ ਬੀਬੀ ਰਹਿਣ ਦਿਓ ਪਾਲੀ ਦੇ ਜ਼ੋਰ ਪਾਉਣ 'ਤੇ ਉਸਨੇ ਟਿਕਟ ਨਹੀਂ ਸੀ ਦਿੱਤੀ ਅਤੇ ਉਹ ਸਾਰੇ ਰਸਤੇ ਹੈਰਾਨ ਰਹੀ ਕਿ ਕੰਡਕਟਰ ਨੇ ਉਸ ਕੋਲੋਂ ਪੈਸੇ ਕਿਉਂ ਨਹੀਂ ਲਏ 300 ਰੁਪਏ ਕਮਾਉਣ ਵਾਲੀ ਡਾਕਟਰ ਕੁੜੀ ਲਈ 10.5 ਆਨਿਆਂ ਦੀ ਕੋਈ ਕੀਮਤ ਨਹੀਂ ਸੀ ਅਗਲੇ ਦਿਨ ਪਾਲੀ ਜਾਣ ਬੁੱਝ ਕੇ ਦੇਰੀ ਨਾਲ ਗਈ ਪਰ ਜੀਤ ਸ਼ਾਇਦ ਪਾਲੀ ਨੂੰ ਹੀ ਉਡੀਕ ਰਿਹਾ ਸੀ ਰੋਜ਼ਾਨਾ ਜਾਣ ਵਾਲੇ ਇੱਕ ਕਰਮਚਾਰੀ ਨੇ ਟਿੱਚਰ ਕੀਤੀ ਪਰ ਜਦ ਜੀਤ ਨੇ ਉਸ ਵੱਲ ਘੂਰ ਕੇ ਦੇਖਿਆ ਤਾਂ ਸਾਰੇ ਚੁੱਪ ਕਰ ਗਏ ਐਤਕੀ ਵੀ ਪਾਲੀ ਨੇ ਜਦੋਂ ਟਿਕਟ ਲੈਣ ਲਈ ਪੈਸੇ ਦੇਣੇ ਚਾਹੇ ਤਾਂ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਬਹੁਤ ਗੁੱਸਾ ਆਇਆ ਉਹ ਸੋਚਦੀ ਸੀ ਕਿ ਕਿਹੜੀ ਇਸ ਬੇਈਮਾਨੀ ਵਿੱਚ ਉਹ ਉਸਨੂੰ ਹਿੱਸੇਦਾਰ ਬਣਾ ਰਿਹਾ ਹੈ ਪਾਲੀ ਅਜੇ ਇਹ ਸਭ ਕੁਝ ਸੋਚ ਹੀ ਰਹੀ ਸੀ ਕਿ ਬੱਸ ਵਿੱਚ ਇੱਕ ਚੈੱਕਰ ਚੜ੍ਹ ਆਇਆ ਜਦੋਂ ਉਹ ਲੋਕਾਂ ਦੀਆਂ ਟਿਕਟਾਂ ਚੈੱਕ ਕਰ ਰਿਹਾ ਸੀ ਤਾਂ ਪਾਲੀ ਤਰੇਲੀਓ ਤਰੇਲੀ ਹੁੰਦੀ ਜਾ ਰਹੀ ਸੀ ਉਸਨੇ ਸੋਚਿਆ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਸ ਕੋਲ ਟਿਕਟ ਹੀ ਨਹੀਂ ਜਦੋਂ ਚੈੱਕਰ ਉਸਦੇ ਕੋਲ ਪਹੁੰਚਿਆ ਤਾਂ ਉਸਨੇ ਪਾਲੀ ਕੋਲੋਂ ਟਿਕਟ ਮੰਗੀ ਚੈੱਕਰ ਨੇ ਅਜੇ ਕਿਹਾ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ ਬੀਬੀ ਉਸਦੀ ਭੈਣ ਹੈ ਅਤੇ ਉਸਦਾ ਟਿਕਟ ਉਸਦੇ ਕੋਲ ਹੈ ਟਿਕਟ ਚੈੱਕਰ ਨੇ ਜੀਤ ਦੇ ਫਟੇ ਹੋਏ ਕੱਪੜਿਆਂ ਵੱਲ ਦੇਖਿਆ ਅਤੇ ਫਿਰ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਅਤੇ ਮੁਸਕਰਾਇਆ ਅਤੇ ਚਲਾ ਗਿਆ ਪਾਲੀ ਹੈਰਾਨ ਹੋਈ ਸੋਚ ਰਹੀ ਸੀ ਕਿ 60 ਰੁਪਈਆਂ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰਾ ਕਰਦਾ ਹੋਏਗਾ ਹਸਪਤਾਲ ਵਿੱਚ ਵੀ ਪਾਲੀ ਸਾਰਾ ਦਿਨ ਬੇਚੈਨ ਰਹੀ
ਸ਼ਾਮ ਨੂੰ ਜਦੋਂ ਪਾਲੀ ਅੱਡੇ ਪਹੁੰਚੀ ਤਾਂ ਜੀਤ ਉਦਾਸ ਜਿਹਾ ਹੋਇਆ ਹੌਲੀ ਹੌਲੀ ਤੁਰਦਾ ਉਸ ਕੋਲ ਪਹੁੰਚਿਆ। ਉਸਨੇ ਪਾਲੀ ਨੂੰ ਦੱਸਿਆ ਕਿ ਉਸਦੀ ਵੀ ਵੱਡੀ ਭੈਣ ਅਮਰਜੀਤ ਲਾਹੌਰ ਡਾਕਟਰੀ ਪੜ੍ਹਦੀ ਸੀ। 1947 ਦੀ ਵੰਡ ਵੇਲੇ ਹੋਏ ਦੰਗਿਆਂ ਵਿੱਚ ਘਰਦਿਆਂ ਸਮੇਤ ਉਹ ਉੱਥੇ ਹੀ ਮਾਰੀ ਗਈ ਅਤੇ ਉਹ ਰੁਲਦਾ ਖੁੱਲਦਾ ਇੱਧਰ ਆ ਗਿਆ। ਬੜੀ ਹੀ ਤੰਗੀ ਤੋਂ ਬਾਅਦ ਉਸਨੂੰ ਹੁਣ ਡਾਕਟਰੀ ਦੀ ਨੌਕਰੀ ਮਿਲੀ ਅਤੇ ਉਸਨੂੰ ਦੇਖ ਕੇ ਭੈਣ ਦੀ ਯਾਦ ਆ ਗਈ। ਅਤੇ ਇਸ ਤਰ੍ਹਾਂ ਕੀ ਹੈ, ਉਸ ਦਾ ਜਿਹੜਾ ਸੀ ਗਲਾ ਭਾਰ ਆਇਆ ਸੀ ਇਹ ਸਾਰਾ ਕੁਝ ਸੁਣ ਕੇ। ਅਤੇ ਪਾਲੀ ਬਹੁਤ ਬੇਚੈਨ ਹੋਈ, ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਬੱਸ ਆ ਚੁੱਕੀ ਸੀ, ਜੀਤ ਬੱਸ ਵੱਲ ਨੂੰ ਤੁਰ ਪਿਆ ਅਤੇ ਪਾਲੀ ਮੋਹ ਭਿੱਜੀਆਂ ਜਿਹੀਆਂ ਅੱਖੀਆਂ ਨਾਲ ਉਸਨੂੰ ਤੱਕ ਰਹੀ ਸੀ। ਅਤੇ ਬੱਚਿਓ, ਇਹ ਸੀ ਆਪਣੀ ਕਹਾਣੀ ਬੱਸ ਕੰਡਕਟਰ, ਦਲੀਪ ਕੌਰ ਟਿਵਾਣਾ ਜੀ ਦੁਆਰਾ ਲਿਖੀ ਗਈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਇਸਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ, ਧੰਨਵਾਦ।